देखो फायर सेफ्टी जी है हस्पताल की वन ऑफ द मोस्ट इंपोर्टेंट जे असी पैरामीटर कहें उन्होंने आता तो यदी जी है मत 100% इनू चालू होना चाहिए। ये 4-5 साल पहला फायर हाइड्रेंट सिस्टम हस्पताल के लग्या सी, पर जो भी हूँ मैं 2-3 महीने पहला इस समय सिविल हस्पताल ज्वाइन किया, देखा गया कि थां थां ते कुछ चीज़ा जड़ियाँ ने चोरी हो चुकिया ने। इस तो बिना कुछ थावां ते जो रेनोवेशन ते कंस्ट्रक्शन चल रही है उहदे करके भी जिहड़ियां पाइपां ने वो इन्होंने कंस्ट्रक्शन के आ गई, तो असी ये बारे जो सिविल विंग है साडा पंजाब सिस्टम कारपोरेशन का इंजीनियरिंग विंग है उन्होंने भी लिख के दिता है, तो रादर मैं फायर जो सेफ्टी अफसर है उन्होंने भी असी एक लैटर लिखी है NOC लैन वास्ते, तो वो भी जो जो कमियां उन्होंने लगदियां ने साडे हस्पताल वास्ते वो उन्होंने तो मंगिया ने, जे वो जिन्नी भी कमियां सानू नोट कराएंगे असी वो परमिशन उपरों लैके उन्होंने लागू करावे। उन्ना चिकर जिहड़ा भी हस्पताल के यूनिट ने चाहे वह बच्चों के हस्पताल के SNCU सी बच्चों का वार्ड सी ICU है OT है डायलिसिस यूनिट है OPD है जिहड़े वक्रे वक्रे विंग ने उन्होंने फायर एक्सटिंग्विशर जिहड़े ने वो इम्प्लांट किए गए है, मतलब वह भी जिहड़ियां गाइडलाइनस के मुताबिक उहदी ट्रेनिंग भी 2 वारी सारे इंप्लॉइयां नूं असीं किवें उह वरतना है किन्हां हालातों वरतना है किहड़ी जगह ते जेकर कंप्यूटर दे विच है तां उत्थे किहड़ा वरतना ABC जां जिहड़ा दूजे आंदे ने ਉਹ ਉਹਨਾਂ ਨੂੰ ਟ੍ਰੇਨਿੰਗ 2 ਵਾਰੀ ਦਿੱਤੀ ਗਈ ਹੈ। ਇਹ ਤਾਂ ਫਿਰ ਅਸੀਂ ਜਿਹੜੇ ਸਾਡੇ AHA ਨੇ ਮੈਡਮ ਸ਼ੀ ਨੂੰ ਉਹਨਾਂ ਨੂੰ ਵੀ ਦੁਆਰਾ ਇਹਦੇ ਬਾਰੇ ਹਦਾਇਤ ਦਿੱਤੀ ਗਈ ਹੈ ਕਿ ਫਾਇਰ ਸੇਫਟੀ ਵਾਲਿਆਂ ਨਾਲ ਅਤੇ ਇੰਜੀਨੀਅਰਿੰਗ ਨਾਲ ਰਲ ਕੇ ਫਾਇਰ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਪੁਖਤਾ ਕੀਤਾ ਜਾਵੇ, ਪਰ ਇਹਦੀ ਇਹ ਮੈਂ ਜ਼ਰੂਰ ਮੰਨਦਾ ਕਿ ਇਹ ਬਿਲਕੁਲ ਜਿਹੜਾ ਹੈ ਸਹੀ ਹਾਲਾਤ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਰੱਬ ਸੁੱਖ ਰੱਖੇ ਕਿਸੇ ਵੇਲੇ ਕੋਈ ਅਣਸਖਾਵਾਂ ਜਿਹੜੀ ਹੈ ਘਟਨਾ ਅਗਰ ਵਾਪਰ ਜਾਂਦੀ ਹੈ ਤਾਂ ਉਹਦਾ ਅਸੀਂ ਸਾਫ ਸੰਭਾਲ ਸਹੀ ਤਰ੍ਹਾਂ ਕਰ ਸਕੀਏ। 1 ਮਹੀਨਾ ਪਹਿਲੇ ਮੈਂ ਰਾਊਂਡ ਕਰਕੇ ਜੋ ਦੇਖੇ ਹੈ ਸਾਰੇ ਐਕਸਪੀਰੀਅੰਸ ਚੈੱਕ ਕੀਤੇ ਗਏ ਸੀ, ਸਾਰਿਆਂ ਦੀ ਐਕਸਪਾਇਰੀ ਡੇਟ ਸਹੀ ਪਾਈ ਗਈ ਸੀ। ਹੁਣ ਵੀ ਜੇ ਕੋਈ ਨਿਗਾਹ 'ਚ ਆਏਗਾ ਹੋ ਸਕਦਾ ਵੀ ਤੁਹਾਡੀ ਕੋਈ ਨਿਗਾਹ 'ਚ ਆਇਆ ਹੋਵੇ ਜਿਹੜਾ ਮੇਰੇ ਕੋਲ ਨੋਟਿਸ 'ਚ ਰਹਿ ਗਿਆ ਹੋਵੇ ਤਾਂ ਉਹ ਵੀ ਠੀਕ ਕਰਾਤਾ ਜਾਏਗਾ, ਪਰ ਜਿੱਥੋਂ ਤੱਕ ਮੈਂ ਚੈੱਕ ਕੀਤਾ ਜਾਂ ਮੈਂ ਜਿਹੜੀਆਂ ਹਦਾਇਤਾਂ ਦਿੱਤੀਆਂ ਇਹੀ ਰਿਪੋਰਟ ਮਿਲੀ ਹੈ ਕਿ ਸਾਰੇ ਜਿਹੜੇ ਫਾਇਰ ਐਕਸਟਿੰਗੁਇਸ਼ਰ ਨੇ ਉਹਨਾਂ ਦੀ ਐਕਸਪਾਇਰੀ ਜਿਹੜੀ ਡੇਟ ਹੈ ਉਹ ਅਜੇ ਪਈ ਹੈ। ਐਕਸਪਾਇਰੀ ਡੇਟ ਵੀ ਇਹੀ ਹੁੰਦੀ ਵੀ ਇਹਦੇ ਵਿੱਚ ਥੋੜ੍ਹਾ ਪ੍ਰੈਸ਼ਰ ਘੱਟ ਜਾਂਦਾ, ਮਤਲਬ ਇਹ ਨਹੀਂ ਕਿ ਇਹਦਾ ਚੇਂਜ ਹੁੰਦਾ, ਪਰ ਜਿੰਨਾ ਕੋਈ ਖਾਲੀ ਹੁੰਦਾ ਉਹਨੂੰ ਰੀਫਿਲ ਕਰਾ ਲਿੱਤਾ ਜਾਂਦਾ, ਅਤੇ 4-6 ਮਹੀਨੇ ਪਹਿਲਾਂ ਹੀ ਮੇਰਾ ਖਿਆਲ ਅਕਤੂਬਰ ਨਵੰਬਰ ਦੇ ਵਿੱਚ ਹੀ ਸ਼ਾਇਦ ਹਰ ਵਾਰੀ ਇਹ ਰੀਫਿਲ ਜਿਹੜੇ ਨੇ ਹੁੰਦੇ ਨੇ, ਅਤੇ ਜੇ ਫਿਰ ਵੀ ਕੋਈ ਹੋਇਆ ਉਹਨੂੰ ਦੇਖ ਲਿੱਤਾ ਜਾਏਗਾ। ਜਿਹੜੇ ਕੁਛ ਖਾਸ ਕ੍ਰਿਟੀਕਲ ਯੂਨਿਟ ਹੈ ਜਿਵੇਂ ਅਸੀਂ ਇੱਥੇ SNCU ਦੀ ਗੱਲ ਕਰ ਰਹੇ ਹਾਂ ਬੱਚਿਆਂ ਦੇ ਹਸਪਤਾਲ 'ਚ, ਮੈਂ ਪਹਿਲਾਂ ਸੀ ਤਾਂ ਅਸੀਂ SNCU ਦੇ ਵਿੱਚ ਜਿਹੜੇ ਨੇ ਫਾਇਰ ਅਲਾਰਮ ਲਗਾਏ ਹੋਏ ਸੀਗੇ। ਇਸੇ ਤਰ੍ਹਾਂ ਉੱਪਰ ਓਪਰੇਸ਼ਨ ਥੀਏਟਰ ਦੇ ਵਿੱਚ ਜਿੱਥੇ 'ਤੇ ਰੈਨੋਵੇਸ਼ਨ ਹੁੰਦੀਆਂ ਨੇ ਉੱਥੇ ਇੰਜੀਨੀਅਰਿੰਗ ਨੂੰ ਪਹਿਲਾਂ ਹੀ ਡਿਮਾਂਡ ਦਿੱਤੀ ਜਾਂਦੀ ਹੈ ਕਿ ਉੱਥੇ ਜਿਹੜੇ ਅਲਾਰਮ ਨੇ ਉਹ ਜ਼ਰੂਰ ਨਾਲ ਲਗਾਏ ਜਾਣ। ਹਾਈਡ੍ਰੈਂਟ ਸਿਸਟਮ ਵੀ ਜਿਹੜਾ ਬਹੁਤ ਕਾਮਯਾਬ ਸਿਸਟਮ ਹੈ, ਤਾਂ ਹੀ ਅਸੀਂ ਕਹਿੰਦੇ ਹਾਂ ਐਕਸਟਿੰਗੁਇਸ਼ਰ ਚਾਹੇ ਅਸੀਂ ਲਗਾ ਦਿੱਤੇ, ਪਰ ਫਾਇਰ ਹਾਈਡ੍ਰੈਂਟ ਸਿਸਟਮ ਜਿਹੜਾ ਹੈ ਉਹ ਚਾਲੂ ਹੋਣਾ ਚਾਹੀਦਾ, ਉਹ ਜਿਹੜਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਕਿਸੇ ਉਮੀਦ ਕਰੀਏ ਕਿ ਪ੍ਰੋਪਰ ਚੱਲ ਪਏਗਾ, ਔਰ ਕਿੰਨਾ ਖਰਚ ਕਿੰਨਾ ਆਇਆ ਸੀ ਪਹਿਲਾਂ ਜਦੋਂ ਇਹ ਨਵਾਂ ਇੰਸਟਾਲ ਕੀਤਾ? ਉਹ ਮੇਰੇ ਕੋਲ 4-5 ਸਾਲ ਪਹਿਲਾਂ ਸੀ, ਮੈਨੂੰ ਖਰਚੇ ਬਾਰੇ ਆਈਡੀਆ ਨਹੀਂ ਹੈ ਕਿਉਂਕਿ ਮੈਂ ਚਾਰਜ ਬਿਲਕੁਲ ਹੀ ਹੁਣੇ ਸੰਭਾਲਿਆ। ਕਦੋਂ ਹੋਏਗਾ? ਕੋਸ਼ਿਸ਼ ਤਾਂ ਮੇਰੀ ਬਹੁਤ ਜਾ ਰਹੀ ਹੈ, ਰਾਦਰ ਮੈਂ ਉੱਪਰ ਤੱਕ ਪਰਸਨਲੀ ਵੀ ਉਹਨਾਂ ਨਾਲ ਸੰਪਰਕ ਕਰ ਰਿਹਾ, ਸਿਵਲ ਸਰਜਨ ਸਰ ਨੂੰ ਵੀ ਅਤੇ DC ਸਰ ਨੂੰ ਵੀ ਇਹਦੇ ਬਾਰੇ ਜਿਹੜਾ ਹੈ ਜਦੋਂ ਵੀ ਮੀਟਿੰਗ ਮਿਲਦੀ ਹੈ ਉਹਨਾਂ ਨੂੰ ਇਸ ਗੱਲ ਬਾਰੇ ਯਾਦ ਕਰਾਇਆ ਜਾਂਦਾ, ਅਤੇ ਉਹ ਟੈਲੀਫੋਨਿਕਲੀ ਵੀ ਉੱਪਰ ਹਰ ਅਥਾਰਟੀ ਨੂੰ ਇਸ ਬਾਰੇ ਵਾਰ ਵਾਰ ਦੱਸਦੇ ਰਹਿੰਦੇ ਨੇ, ਅਤੇ ਉਮੀਦ ਤਾਂ ਮੈਂ ਰੱਖਦਾ ਕਿ ਬਹੁਤ ਜਲਦੀ ਇਹਦਾ ਜਿਹੜਾ ਹੈ ਉਹ ਹੱਲ ਹੋ ਜਾਣਾ ਚਾਹੀਦਾ।